ਕੈਪਟਨ ਅਮਰਿੰਦਰ ਸਿੰਘ ਦੇ ਅੱਤਵਾਦੀ ਵਿਰੋਧੀ ਦਸਤੇ ਦਾ ਗਠਨ ਕਰਨ ਦੇ ਮੁੱਦੇ ਤੇ ਮਨਪ੍ਰੀਤ ਬਾਦਲ ਨੇ ਕਿਹਾ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੇ ਇਸ ਫੈਸਲੇ ਦਾ ਸਵਾਗਤ ਕਰਦੇ ਨੇ ਕਿਉਂਕਿ ਸਰਕਾਰ ਦਾ ਧਰਮ ਹੈ ਕਿ ਕਾਨੂੰਨ ਦਾ ਰਾਜ ਹੋਵੇ, ਕਾਨੂੰਨ ਦੀ ਸਰਪ੍ਰਸਤੀ ਹੋਵੇ। ਗੈਂਗਸਟਰ ਅਤੇ ਅੱਤਵਾਦੀ ਤਾਕਤਾਂ ਦੀ ਪੰਜਾਬ ਵਿੱਚ ਕੋਈ ਜਗ੍ਹਾ ਨਹੀਂ। ਮੈਂ ਤਾਂ ਕੈਪਟਨ ਸਾਹਿਬ ਨੇ ਜਿਹੜਾ ਇਹ ਸਪੈਸ਼ਲ ਫੋਰਸ ਤਿਆਰ ਇਹਨਾਂ ਨੇ ਮਨਸੂਬਾ ਤਿਆਰ ਕਰ ਰਹੇ ਹੈ ਤਾਂ ਇਹਦੀ ਤਾਂ ਖੁਸ਼ਾਮਦੀਦ ਕਹਿੰਦੇ ਹੈ, ਵੈਲਕਮ ਕਹਿੰਦੇ ਹੈ। ਔਰ ਵੈਸੇ ਵੀ ਸਰਕਾਰ ਦਾ ਜਿਹੜਾ ਸਭ ਤੋਂ ਵੱਡਾ ਧਰਮ ਹੈ ਉਹ ਧਰਮ ਹੈ ਕਿ ਕਾਨੂੰਨ ਦਾ ਰਾਜ ਹੋਵੇ, ਕਾਨੂੰਨ ਦੀ ਬਾਲਾਦਸਤੀ ਹੋਵੇ, ਕਾਨੂੰਨ ਦੀ ਸਰਪ੍ਰਸਤੀ ਹੋਵੇ। ਹਿੰਦੁਸਤਾਨ ਦਾ ਜਿਹੜਾ ਸੰਵਿਧਾਨ ਹੈ ਉਹ ਨਾਫਿਜ਼ ਕੀਤਾ ਜਾਵੇ, ਕਾਨੂੰਨ ਦਾ ਰਾਜ ਨਾਫਿਜ਼ ਹੋਵੇ। ਅਤੇ ਗੈਂਗਸਟਰਸ ਅਤੇ ਇਸ ਕਿਸਮ ਦੇ ਜਿਹੜੇ ਅਨਾਸਰ ਹੈ ਪੰਜਾਬ 'ਚ ਜਿਹੜੇ ਦੰਦਨ ਆਉਂਦੇ ਫਿਰਦੇ ਹੈ, ਇਹਨਾਂ ਦੀ ਪੰਜਾਬ ਦੀ ਧਰਤੀ 'ਤੇ ਇਹਨਾਂ ਵਾਸਤੇ ਕੋਈ ਜਗ੍ਹਾ ਨਹੀਂ ਹੈ। ਸੋ ਇਹ ਜਾਂ ਖਤਮ ਹੋਣਗੇ ਜਾਂ ਮੁਲਕ ਛੱਡਣਗੇ, ਇੱਕ ਗੱਲ ਤਾਂ